सो तमाम किसान लीडरां दे वल्लों पंजाबी गायकां दा भी सन्मान है जिहड़ा ओह कीता जा रहा है, बब्बू मान दा भी सन्मान कीता जा रहा है। मान साहब किवें लग रहा? समाजिक सेवक जैसे बंदियां ने आ फड़ियो मर जा, समाज सेवका ने बचाउणा हुंदा स्टेट नूं, पॉलिटिशियन नहीं बचाउंदे हुंदे। मान साहब गल है कि पंजाबी गायकां ने जिस तरीके दे नाल गीत गाए, जिस तरीके नाल कहिंदे कि एक जोश भरन वाले गीत सीगे, ओह एक वड्डा योगदान जरूर रहेगा, क्योंकि पुराना भी आपां कह लईए 12 दा इतिहास रहेगा, कविशरियां दा इतिहास रहेगा। नहीं नहीं, वार दा वीर रस तां जरूरी हुंदा सी, जंगां लई भी वीर रस गाया जांदा सी, और जित दा फतवा भी लिखिया जांदा सी, उस तों बाद जदों कितें नमोशी हुंदी सी उहदे बारे भी लिखदे सी। सो कवी दा और शायर दा होणा तां बहुत जरूरी है। ਤੁਹਾਡੇ ਗੀਤਾਂ ਦਾ ਮੈਂ ਜਦੋਂ ਜ਼ਿਕਰ ਕਰਦਾ ਜੱਟ ਦੀ ਜੂਨਬਰੀ ਗੀਤ ਸੁਣਦੇ ਆ, ਔਰ ਤਮਾਮ ਗੀਤ ਮਾਨ ਸਾਹਿਬ ਕਿਤੇ ਨਾ ਕਿਤੇ ਜਿਹੜੀ ਇੱਕ ਕਲਾਕਾਰ ਅਸੀਂ ਇਹ ਨਹੀਂ ਕਵਾਂਗੇ, ਇੱਕ ਕਲਾਕਾਰਾਂ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬੇਨਤੀ ਹੈ ਵੀ ਮੇਰੀ ਤਾਰੀਫ ਨਹੀਂ ਕਰਨੀ, ਜੇ ਤੁਸੀਂ ਤਾਰੀਫ ਕਰਦੀ ਫਿਰ ਮੇਰੇ ਤੋਂ ਲਿਖਿਆ ਨਹੀਂ ਜਾਣਾ, ਤੁਸੀਂ ਕਿਹਾ ਵੀ ਅਜੇ ਸ਼ੁਰੂ ਕਰੋ ਤੁਸੀਂ। ਅਸੀਂ ਕਹਿਣੇ ਆ ਕਿ ਜਿੰਨਾ ਲਿਖ ਲਿਆ ਉਹ ਬਹੁਤ ਹੈ, ਇਸ ਤੋਂ ਅੱਗੇ ਵੀ ਹੋਰ ਲਿਖਦੇ ਰਹੋ ਤਾਂ ਕਿ ਜਿਹੜੇ ਪੁਰਾਣੇ ਗੀਤਾਂ ਦੀ ਸ਼ਲਾਘਾ ਹੋ ਰਹੀ ਉਹ ਵੀ ਹੁੰਦੀ ਰਹੇ। ਤੁਸੀਂ ਸ਼ਲਾਘਾ ਨਾ ਕਰੋ, ਅਜੇ ਪੰਜਾਬ ਫਤਿਹ ਕਰਨਾ, ਇਹ ਬੰਦੇ ਅਸੀਂ ਤਿਆਰ ਕਰਨੇ ਆ ਜੀ ਅੱਗੇ। ਮਨਜੀ ਜੀ ਮਾਨ ਸਾਹਿਬ ਦਾ, ਬੱਬੂ ਮਾਨ ਦਾ ਸਵਾਗਤ ਆ ਜੀ, ਤੁਸੀਂ ਕੀਤਾ ਸਰੋਪਾ ਪਾਇਆ। ਦੇਖੋ ਇਹ ਮਾਨ ਸਾਹਿਬ ਸਾਡੇ ਭਰਾ ਆ, ਇਹਨਾਂ ਦਾ ਵੀ ਯੋਗਦਾਨ ਉਨਾ ਹੀ ਰਿਹਾ ਜਿੰਨਾ ਸਾਡਾ, ਸੋ ਮੈਂ ਸਮਝਦਾ ਕਿ ਇਹਨਾਂ ਦਾ ਵੀ ਪੂਰਾ ਸਤਿਕਾਰ ਬਣਦਾ। ਇਹ ਭਰਾ ਸਾਡੇ ਨੇ ਕੋਈ ਕਮੀ ਨਹੀਂ ਛੱਡੀ, ਹਰ ਜਦੋਂ ਮੋਰਚੇ ਦੇ ਵਿੱਚ ਸਾਨੂੰ ਲੱਗਿਆ ਕਿ ਮੋਰਚੇ ਥੋੜੀ ਗਿਰਾਵਟ ਆ ਰਹੀ ਹੈ ਤੇ ਭਰਾ ਨੂੰ ਅਸੀਂ ਬੁਲਾਉਂਦੇ ਰਹੇ, ਮਾਨ ਮਰ ਜਾਣਾ ਖੜਾ ਸੀਗਾ। ਮਾਨ ਸਾਹਿਬ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ ਅਕਸਰ ਅਸੀਂ ਤੁਹਾਡੇ ਇੰਸਟਾਗ੍ਰਾਮ ਤੇ ਜਰੂਰ ਪੜ੍ਹਦੇ ਆ, ਪਰ ਅੱਜ ਦੁਆਬੇ ਦਾ ਤਾਂ ਇੱਕ ਬਹੁਤ ਵੱਡਾ ਯੋਗਦਾਨ, ਤਨ ਮਨ ਤੇ ਤਨ ਸਾਂਝ ਪੁਰਾਣੀ ਹੈ, ਇਹ ਨਿਜਰ ਹੋ ਗਿਆ, ਇਹ ਹੋ ਗਏ ਸਾਰੇ, ਤੋ ਇਸ ਕਰਕੇ ਕੋਈ ਨਵੀਂ ਗੱਲ ਨਹੀਂ, ਇੱਕ ਦੂਜੇ ਲਈ ਜਾਣਾ ਜਾਂ ਬੁਲਾਉਣਾ ਇਹਨਾਂ ਦਾ ਉਹ ਸੁਭਾਵਿਕ ਹੈ, ਉਹ ਜ਼ਰੂਰੀ ਵੀ ਹੈ। ਜ਼ਰੂਰੀ ਹੈ ਪਰ ਨਹੀਂ ਨਹੀਂ, ਜਿੱਤ ਦੀ ਖੁਸ਼ੀ ਚ ਭੰਗੜਾ ਤਾਂ ਪਾ ਕੇ ਦਿਖਾ ਦੋ ਫਿਰ ਇੱਕ ਵਾਰ। ਗੀਤ ਤੁਸੀਂ ਕਹਿੰਦੇ ਕਿ ਮੈਂ ਨਹੀਂ ਸੁਣਾਉਂਦੇ, ਪਰ ਭੰਗੜਾ ਵੀ ਹੁਣ ਅੱਜ ਮਨਾ ਨਹੀਂ ਕਰਨਾ ਚਾਹੀਦਾ। ਭੰਗੜਾ ਵੀ ਨਹੀਂ ਪਾਉਣਾ ਜੀ, ਅਸੀਂ ਆਪਾਂ ਇਹਨਾਂ ਨੂੰ ਬਾਬਾ ਜੀ ਦੇ ਮੱਥਾ ਟਿਕਾਈਏ ਨਾ, ਕਿਤੇ ਨਾਲ ਚੱਲੋਗੇ ਬਾਬਾ ਜੀ ਦੇ ਮੱਥਾ? ਨਾਲ ਚੱਲਦੇ ਆਓ ਬਾਬਾ ਜੀ ਦੇ ਮੱਥਾ ਟੇਕਣ। ਬੱਬੂ ਮਾਨ ਨਾਲ ਜਾ ਰਿਹਾ ਤਾਂ ਬੱਬੂ ਮਾਨ ਦੇ ਨਾਲ ਅੱਗੇ ਜਾਵਾਂਗੇ, ਔਰ ਫਤਿਹਗੜ੍ਹ ਸਾਹਿਬ ਜਾ ਕੇ ਮੱਥੇ ਆ ਜਿਹੜੇ ਉਹ ਟੇਕੇ ਜਾਣਗੇ, ਸ਼ਹੀਦੀ ਸਮਾਗਮ ਦਾ ਵੀ ਦੌਰ ਹੈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਬੱਬੂ ਮਾਨ ਪੰਜਾਬੀ ਗਾਇਕ ਜਿਹੜੇ ਪਹੁੰਚੇ ਨੇ ਸਵਾਗਤ ਕਰਨ ਦੇ ਲਈ, ਤਾਂ ਤਮਾਮ ਜਿਹੜੇ ਲੀਡਰ ਨੇ ਉਹ ਪਹੁੰਚੇ ਨੇ ਸਵਾਗਤ ਕਰਨ ਦੇ ਲਈ, ਬੱਬੂ ਮਾਨ ਦਾ ਵੀ ਧੰਨਵਾਦ ਹੈ ਜਿਹੜਾ ਕੀਤਾ ਗਿਆ। ਕੈਮਰਾਮੈਨ ਸੰਦੀਪ ਦੇ ਨਾਲ ਰੋਹਿਤ ਪੱਕਾ, ABP ਸਾਂਝਾ, ਰਾਜਪੁਰਾ, ਪੰਜਾਬ।